ਕਿਹੜਾ ਕਹਿੰਦਾ ਬਾਪ ਪਿਆਰ ਨਹੀਂ ਕਰਦਾ? ਬਾਪ ਪਿਆਰ ਜਿੰਨਾ ਕਰਦਾ ਨਾ, ਸਿਰਫ ਮਹਿਸੂਸ ਨਹੀਂ ਕਰਾਂਦਾ। ਬਾਪ ਦੀ ਸਖਤੀ ਵਿੱਚ ਬਾਪ ਦਾ ਪਿਆਰ ਹੈ। ਬਾਪ ਦੀ ਸਖਤੀ ਹੁੰਦੀ ਹੈ ਤਾਂ ਪੁੱਤਰ ਜਿਹੜੀ ਗਲੀ ਚ ਲੰਘਦਾ ਲੋਕੀ ਕਹਿੰਦੇ ਨੇ ਹਲਾਲਦਾ ਜਾ ਰਿਹਾ। ਬਾਪ ਦੀ ਸਖਤੀ ਮੈਂ ਕਿਹੜਾ ਰੰਗ ਪੇਸ਼ ਕਰਾਂ? ਈਦਾਂ ਵਾਲੇ ਦਿਨ ਵੀ ਚਿੱਟੀਆਂ ਦਾੜੀਆਂ ਵਾਲੇ ਬਾਬਿਆਂ ਨੂੰ ਚੌਥੀ ਚੌਥੀ ਮੰਜ਼ਿਲ ਤੇ ਕੰਮ ਕਰਦਾ ਵੇਖਿਆ। ਮੈਂ ਕਿਹਾ ਬਾਬਾ ਕੀ ਗੱਲ ਹੈ, ਚੌਥੀ ਮੰਜ਼ਿਲ ਤੇ ਕੰਮ ਪਿਆ ਕਰਨਾ ਹੈ, ਈਦ ਦਾ ਦਿਨ ਘਰ ਜਾ। ਤੇ ਬਾਬਾ ਰੋ ਕੇ ਪਤਾ ਕੀ ਕਹਿੰਦਾ, ਕਰ ਜੀ ਮੇਰੇ ਪੁੱਤਰ ਸਾਈਕਲ ਮੰਗੀ, ਮੈਂ ਪੁੱਤਰ ਵਾਸਤੇ ਈਦ ਪਿਆ ਕੁਰਬਾਨ ਕਰ, ਮੈਂ ਪੁੱਤਰ ਵਾਸਤੇ ਈਦਾਂ ਪਿਆ ਕੁਰਬਾਨ ਕਰ। ਪੁੱਛੋ ਜਿਨ੍ਹਾਂ ਨੇ 60-60 ਸਾਲ ਪਰਦੇਸ ਚ ਲਾ ਦਿੱਤੇ, ਪੁੱਛੀਏ ਬਾਬਾ 60 ਸਾਲ ਉਮਰ ਹੋ ਗਈ ਹੈ, ਸਾਰੀ ਜ਼ਿੰਦਗੀ ਪਰਦੇਸ ਹੀ ਕੱਟਣਾ ਹੀ ਜਾ ਬੱਚਿਆਂ ਵਿੱਚ। ਤੇ ਬਾਬਾ ਰੋ ਕੇ ਕਹਿੰਦਾ, ਮੇਰਾ ਪੁੱਤਰ ਅਫਸਰ ਬਣ ਰਿਹਾ, ਜਿੱਦਣ ਮੇਰਾ ਪੁੱਤਰ ਅਫਸਰ ਬਣ ਜਾਏਗਾ ਨਾ, ਤੇ ਮੈਂ ਨੌਕਰੀ ਛੱਡ ਦੇਣੀ ਹੈ, ਫਿਰ ਮੈਂ ਘਰ ਚਲਿਆ ਜਾਣਾ। ਉਧਰ ਪੁੱਤਰ ਅਫਸਰ ਬਣਦਾ, ਉਧਰ ਬਾਪ ਥੱਕਿਆ ਟੁੱਟਿਆ ਘਰ ਆਉਂਦਾ ਸਾਰੀ ਜ਼ਿੰਦਗੀ ਮਿਹਨਤ ਕਰਕੇ ਕਿ ਚਲੋ ਹੁਣ ਮੇਰਾ ਪੁੱਤਰ ਮੇਰਾ ਸਾਥ ਦੇਵੇਗਾ। ਇੱਧਰ ਜਦੋਂ ਬਾਬਾ ਘਰ ਆਉਂਦਾ, ਤੇ ਇੱਕ ਦਿਹਾੜੇ ਬਾਬੇ ਦਾ ਦਿਲ ਕਰਦਾ ਮੈਂ ਪੁੱਤਰ ਦੇ ਆਫਿਸ ਵਿੱਚ ਜਾਵਾਂ, ਤੇ ਬਾਪ ਆਫਿਸ ਜਾਂਦਾ ਤੇ ਪੁੱਤਰ ਆਉਂਦਾ, ਬਾਬੇ ਨੂੰ ਕਹੋ ਜ਼ਰਾ ਮੇਰੇ ਕੋਲ ਵੱਡੇ ਵੱਡੇ ਬੰਦੇ ਆਏ ਨੇ, ਬਾਹਰ ਹੀ ਪਵੇ ਬਾਹਰ ਪਵੇ। ਇਹ ਪੁਰਾਣਾ ਜਿਹਾ ਲਾਚਾ ਪਾ ਕੇ ਤਾਂ ਗੁੱਸਾ ਪਾ ਗਿਆ ਗਾ, ਬਾਬੇ ਨੂੰ ਕਹੋ ਮੇਰੀ ਕੋਈ ਪਰਸਨੈਲਿਟੀ ਹੈ, ਬਾਹਰ ਰਹੋ। ਬਾਬਾ ਕਿਉਂ ਰੋਂਦਾ ਹੈ? ਬਾਬਾ ਦਾ ਸਾਰੀ ਜ਼ਿੰਦਗੀ 60 ਸਾਲ ਮੈਂ ਲੋਕਾਂ ਦੀਆਂ ਮਜ਼ਦੂਰੀਆਂ ਕਰਕੇ, ਮੈਂ ਲੋਕਾਂ ਦੀਆਂ ਨਾਲੀਆਂ ਸਾਫ ਕਰਕੇ ਬੱਚਿਆਂ ਨੂੰ ਅਫਸਰ ਬਣਾਇਆ, ਤੇ ਅੱਜ ਮੇਰਾ ਬੱਚਾ ਕਹਿੰਦਾ ਬਾਬੇ ਨੂੰ ਕਹੋ ਬਾਹਰ ਰਹੋ, ਮੇਰੀ ਪਰਸਨੈਲਿਟੀ 'ਚ ਫਰਕ ਪੈਂਦਾ।